ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਜੀ ਆਣੋ ਜੀ ਹਾਂਜੀ ਹੁਣੇ-ਹੁਣੇ ਮਸ਼ਹੂਰ ਪੰਜਾਬੀ ਗਾਇਕ ਜੀ ਖਾਨ ਬਾਰੇ ਆਈ ਵੱਡੀ ਮਾੜੀ ਖਬਰ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਤਾਜ਼ਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਅੱਤ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਗਣਪਤੀ ਵਿਸਰਜਨ ਦਿਵਸ ਦੇ ਪੰਜਾਬ ਦੇ ਲੁਧਿਆਣਾ ਦੇ ਮੋਹੱਲਾ ਜਨਕ ਪੂਰੀ ਵਿਖੇ 바ਬਾ ਗਣਪਤੀ ਸੇਵਾ ਸੰਗ ਦੇ ਪ੍ਰਬੰਧਕਾ ਵੱਲੋਂ ਪੰਜਾਬੀ ਗਾਇਕ ਜੀ ਖਾਨ ਨੂੰ ਸਮਾਗਮ ਵਿੱਚ ਗੁਣਗਾਨ ਕਰਨ ਦੀ ਸੱਦਾ ਦਿੱਤਾ ਸੀ। ਸਮਾਗਮ 'ਚ ਪੰਜਾਬੀ ਗਾਇਕ ਖਾਨ ਨੇ ਕੁਝ ਪੰਜਾਬੀ ਗੀਤ ਜਿਵੇਂ ਕਿ ਪੈਗ ਮੋٹے ਮੋٹے ਲਾ ਕੇ ਹਾਂ ਦੀਏ ਤੇਰੇ ਵਿੱਚ ਵਜਨ ਨੂੰ ਜੀ ਕਰਦਾ, ਚੋਲੀ ਕੇ ਪਿੱਛੇ ਕੀ ਹੈ ਆਦੀ ਪੇਸ਼ ਕੀਤੀ। ਜੀ ਖਾਨ ਦੇ ਗੀਤਾਂ ਦਾ ਵਿਰੋਧ ਕਰਦਿਆਂ ਸ਼ਿਵ ਸੈਨਾ ਆਗੂ ਅਮਿਤ अरोड़ा ਨੇ थाना ਡਿਵੀਜ਼ਨ ਨੰਬਰ 2 ਵਿੱਚ ਸ਼ਿਕਾਇਤ ਦਰਜ ਕਰਵਾਈ। ਅਮਿਤ अरोड़ा ਨੇ ਕਿਹਾ ਕਿ ਗਾਇਕ ਜੀ ਖਾਨ ਨੇ ਜਨਕਪੂਰੀ ਵਿਖੇ ਗਣਪਤੀ ਸਮਾਗਮ ਵਿੱਚ ਅਸ਼ਲੀਲ ਗੀਤ गा ਕੇ ਹਿੰਦੂਆਂ ਦੀ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਇਆ ਹੈ ਧਾਰਮਿਕ ਸਮਾਗਮ ਵਿੱਚ ਅਜਿਹੇ ਗੀਤ ਗੋਣਾ ਨਿੰਦਣਯੋਗ ਹੈ ਅਮਿਤ ਰੋੜਾ ਨੇ ਦੱਸਿਆ ਕਿ ਸਮਾਗਮ ਦਾ ਆਯੋਜਨ ਭਾਜਪਾ ਗੁਹਣੀ ਬੀਦੀ ਵੱਲੋਂ ਕੀਤਾ ਗਿਆ ਸੀ ਭਾਜਪਾ ਹਮੇਸ਼ਾ ਹਿੰਦੂਤਵ ਦੀ ਗੱਲ ਕਰਦਾ ਹੈ ਫਿਰ ਵੀ ਭਾਜਪਾ ਦੇ ਸੂਬਾ ਪਦਰੀ ਆਗੂ ਨੂੰ ਇਹ ਕਿਉਂ ਨਹੀਂ ਦੱਸ ਰਿਹਾ ਕਿ ਉਹਨਾਂ ਦੇ ਉਹਨਾਂ ਦੇ ਆਗੂ ਗਾਇਕਾਂ ਨੂੰ ਬੁਲਾ ਕੇ ਧਾਰਮਿਕ ਸਮਾਗਮ ਵਿੱਚ ਅਸ਼ਲੀਲ ਗੀਤ ਗਵਾ ਰਹੇ ਨੇ ਬਾਕੇ ਖਬਰ ਨੂੰ ਅੰਤ ਤੱਕ ਦੇਖੋ